ਇਹ ਸਰ ਤੁਸੀਂ ਅੱਜ ਪਿੰਡ ਹਰਦਿਆਲਿਆਂ ਨੇ ਆਏ ਹੋ ਅਤੇ ਤੁਹਾਨੂੰ ਇੱਥੇ ਜੋ ਸਿੱਧੀ ਬਿਜਾਈ ਦਾ ਰਕਬਾ ਜੋ ਸਿੱਧੀ ਬਿਜਾਈ ਹੋਈ ਝੋਨੇ ਦੀ ਉਹ ਕਿਵੇਂ ਲੱਗ ਰਿਹਾ ਜੀ? ਸਾਨੂੰ ਬਹੁਤ ਵਧੀਆ ਲੱਗ ਰਿਹਾ, ਕਿਉਂਕਿ ਐਤਕੀ ਜੋ ਪਿੱਛੇ ਕਰੋਨਾ ਦੀ ਬਿਮਾਰੀ ਕਰਕੇ ਸਾਡੀ 2 ਮਹੀਨੇ ਅਸੀਂ ਮਤਲਬ ਲੋਕ ਦੇ ਵਿੱਚ ਹੀ ਰਹੇ ਹਾਂ, ਅਤੇ ਉਹਦੇ ਵਿੱਚ ਜਿਹੜੀ ਲੇਬਰ ਬਾਹਰ ਚਲੀ ਗਈ ਸੀ ਅਤੇ ਸਾਨੂੰ ਪ੍ਰੋਬਲਮ ਸੀਗੀ ਖੇਤੀਬਾੜੀ ਵਿਭਾਗ ਨੂੰ ਵੀ ਇਹ ਐਤਕੀ ਝੋਨੇ ਦੀ ਟਰਾਂਸਪਲਾਂਟ ਕਿਸ ਤਰ੍ਹਾਂ ਹੋਊਗੀ। ਪਰ ਜਿਵੇਂ ਅਸੀਂ ਸਰਦਾਰ ਕਾਂਡ ਸਿੰਘ ਪੰਨੂ ਜੀ ਨੇ ਸਾਨੂੰ ਵੀ ਗਾਈਡ ਕੀਤਾ ਵੀ ਜਿੰਨੀਆਂ ਕਿਸਾਨਾਂ ਕੋਲ ਮਸ਼ੀਨਾਂ ਪੁਰਾਣੀਆਂ ਪਈਆਂ ਵੀ ਉਹਨੂੰ ਤੁਸੀਂ ਡਾਇਰੈਕਟ ਸੋਇੰਗ 'ਤੇ ਉਹਨੂੰ ਕਨਵਰਟ ਕਰਕੇ ਲਿਆਓ ਤਾਂ ਕਿ ਜਿਹੜੀ ਲੇਬਰ ਦੀ ਸਮੱਸਿਆ ਜਿਹੜੀ ਹੈ ਉਹ ਐਤਕੀ ਮਸ਼ੀਨੀਕਰਨ ਤੋਂ ਆਪਾਂ ਕਰਵਾ ਸਕੀਏ। ਅਤੇ ਮੈਨੂੰ ਇਹ ਖੁਸ਼ੀ ਹੈ ਕਿ ਪਿੰਡ ਹਰਦਿਆਲਿਆਂ ਦੇ ਵਿੱਚ ਇਸ ਪਿੰਡ ਦੇ ਵਿੱਚ ਟੋਟਲ 2200 ਏਕੜ ਰਕਬਾ ਹੈ ਅਤੇ ਉਹਦੇ ਵਿੱਚੋਂ ਤਕਰੀਬਨ 60% ਜਿਹੜਾ ਹੈ ਝੋਨੇ ਦੀ ਸਿੱਧੀ ਬਿਜਾਈ ਹੋ ਚੁੱਕੀ ਹੈ। ਅਤੇ ਅਸੀਂ ਮੇਰੇ ਨਾਲ ਯੂਨੀਵਰਸਿਟੀ ਦੇ ਵਿੱਚੋਂ ਪੂਰੀ ਟੀਮ ਬਈ ਐਸ ਗਰੋਵਰ ਸਾਹਿਬ ਨਾਲ ਆਏ ਨੇ, ਅਸੀਂ ਸਾਰੇ ਅੱਜ ਤੁਹਾਡੇ ਫੀਲਡ ਵੇਖਿਆ, ਤੁਸੀਂ ਸਾਨੂੰ ਸਾਰਿਆਂ ਨੇ ਦਿਖਾਇਆ ਅਤੇ ਸਾਨੂੰ ਮਤਲਬ ਕੋਈ ਵੀ ਫੀਲਡ ਤੁਹਾਡਾ ਇਹੋ ਜਿਹਾ ਮਾੜਾ ਨਹੀਂ ਲੱਗਿਆ ਜਿੱਥੇ ਤੁਹਾਡੇ ਝੋਨੇ ਦੇ ਵਿੱਚ ਕਿਤੇ ਗੈਪ ਪਿਆ ਹੋਵੇ ਜਾਂ ਝੋਨੇ ਦੀ ਕਿਤੇ ਬਿਜਾਈ ਦੇ ਸਮੇਂ ਜ਼ਿਆਦਾ ਬੀਜ ਪਿਆ ਹੋਵੇ।